वाहिगुरु जी का खालसा वाहिगुरु जी की फतेह। तुसीं देख रहे हो काल चैनल स्काई 843 ते स्वागत है आप जी का सिख रिलीफ दे इस वीकली शो दे विच। जिवें कि आप जी नूं पता ही है कि सिख रिलीफ एक इहो जी चैरिटी है जो कि प्रिजनर्स नूं छुड़ाउण दे विच भारत की धरती दे विच मदद करदे ने, ते उस दे नाल नाल जे आपां कहीए कि विदेशां दे विच वी जे कोई सिंघां दे केस आउंदे ने ते उहदा वी इह बाखूबी जिहड़ा हैगा उहदा करदे ने, उहदे विच जिहड़ी पैरवाई करदे ने। ते सिख रिलीफ दी टीम वल्लों साडे नाल अज्ज भाई बलवीर सिंह जी बैंस ते उहनां नाल सुखविंदर कौर जी स्टूडियो दे विच शामिल ने। आओ इहनां दे नाल फतेह दी सांझ पई ते स्वागत करिए जी। वाहिगुरू जी का खालसा वाहिगुरू जी की फतेह। भाई साहब जी आप जी का स्वागत है स्टूडियो दे विच। ते जिवें तुसीं पहलां ही कहा सी कि 3 महीने पहला जो अपना शो होया सी कि आने वाले समय के काफ़ी सारिया जिहड़ियां रिहाइया ने वो होणगियां, या काफ़ी सारिया जिहड़ियां परोल काफ़ी 25-25 साल तो रुकिया हुई सन वो भी होणगियां। ते जे आपां कहीए एक वड्डी खबर जिहड़ी एक वड्डी खुशी की खबर जे आपां कहीए सिख कौम दे लई, भाई दविंदरपाल सिंह प्रोफेसर दविंदरपाल सिंह भुल्लर, भाई गुरदीप सिंह खैड़ा उन्हां दी जिहड़ी परोल होई हैगी आ ते उहदे बारे अज्ज आपां गलबात करनी आ। उहदी असीं तुहानूं वी वधाइयां दिंदे, संगतां ने जिन्हां ने सहयोग दित्ता उहनां नूं वी असीं वधाई दिंदे आ। ते गलबात आपां करांगे प्रोफेसर भुल्लर दी, उहनां दे नाल तुसीं हाड़ जेल च आप भी रहे हो तो थोड़ा जहा अं जानेंगे कि वह पक् पक्ष जे सामने नहीं आए उन्होंने बारे तुम थोड़ा जहा दसो। हाँ जी, सब तो पहला मैं समुची कौम को संगतान को दविंदरपाल सिंह भुल्लर तो गुरदीप सिंह खैरे दियाँ लख लख बधाइया दिना हाँ, जिन्होंने अपना समुची जिंदगी का समा जो है वो उन्होंने काल कोठड़िया गुजारा जिथे असी कोई अपनी कलो कल्पना भी नहीं कर सकते उस जगह की बिल्कुल जहाँ टाइम की उस क्योंकि वह असी देखिया नहीं तो ना वो जी कल कोठड़िया सिर्फ उन्होंने मुँह जो सुनते हैं जां लोकां को सुनते हैं। ਤੁਸੀਂ ਕਿਹੜੇ ਸਾਲ ਦੇ ਵਿੱਚ ਜਿੱਦਾਂ ਉਹਨਾਂ ਨੂੰ ਮਿਲੇ ਸੀ? ਹਾਂਜੀ, ਦਾਸ ਜਦੋਂ 1999 ਦੇ ਵਿੱਚ ਜਦੋਂ ਦਾਸ ਤੇ ਇੱਕ ਝੂਠਾ ਕੇਸ ਪਾਇਆ ਗਿਆ ਸੀ ਅਤੇ ਦਿੱਲੀ ਪੁਲਿਸ ਨੇ ਜਾਂ ਉੱਥੇ ਦੀਆਂ ਏਜੰਸੀਆਂ ਨੇ ਮੈਨੂੰ ਅਰੈਸਟ ਕੀਤਾ ਅਤੇ ਉੱਥੇ ਮੈਨੂੰ ਉਹਨਾਂ ਟੋਰਚਰ ਕਰਕੇ ਇੱਕ ਝੂਠਾ ਕੇਸ ਪਾ ਕੇ ਤਿਹਾੜ ਜੇਲ੍ਹ 'ਚ ਸੁੱਟਤਾ। ਉਸ ਵੇਲੇ ਉਹਨੂੰ ਪਤਾ ਚੱਲਿਆ ਵੀ ਦਵਿੰਦਰਪਾਲ ਸਿੰਘ ਭੁੱਲਰ ਅਤੇ ਹੋਰ ਜਿਹੜੇ ਬਹੁਤ ਸਾਰੇ ਸਾਡੇ ਸਿੱਖ ਸਿਆਸੀ ਕੈਦੀ ਨੇ ਉਹ ਬਹੁਤ ਸਾਰੇ ਉਸ ਵੇਲੇ ਤਿਹਾੜ ਜੇਲ੍ਹ ਦੇ ਵਿੱਚ ਵਿੱਚ ਉੱਥੇ ਬੰਦ ਨਜ਼ਰਬੰਦ ਸਨ ਅਤੇ ਜਿਨ੍ਹਾਂ ਦੀ ਸਾਰਿਆਂ ਦੀ ਮੇਰੀ ਉਹਨਾਂ ਕੁਛ ਸਮੇਂ ਤੋਂ ਬਾਅਦ ਕਿਉਂਕਿ ਜਾਂਦੇ ਤਾਂ ਕਿਸੇ ਨਾਲ ਬੁਲਾਉਂਦੇ ਨਹੀਂ ਤਾਂ ਨਾ ਤੁਹਾਨੂੰ ਪਤਾ ਹੁੰਦਾ ਜੇਲ੍ਹ ਦਾ ਸਿਸਟਮ ਤਾਂ ਉਹ ਥੋੜ੍ਹੇ ਸਮੇਂ ਦੇ ਵਿੱਚ ਹੀ ਮੈਨੂੰ ਪਤਾ ਚੱਲ ਗਿਆ ਵੀ ਇੱਥੇ ਕਾਫ਼ੀ ਆਪਣੇ ਸਿੰਘ ਪੰਜਾਬ ਦੇ ਨੇ ਅਤੇ ਜਾਂ ਪੰਜਾਬ ਤੋਂ ਹੋਰ ਲਾਗੂ ਜਿਹੜੀਆਂ ਸਟੇਟਾਂ ਨੇ ਉੱਥੋਂ ਦੇ ਨਜ਼ਰਬੰਦ ਨੇ ਅਤੇ ਉਹਨਾਂ ਵਿੱਚ ਭਾਈ ਦਵਿੰਦਰਪਾਲ ਸਿੰਘ ਭੁੱਲਰ ਵੀ ਸ਼ਾਮਿਲ ਸਨ। ਠੀਕ, ਜੋ ਮੈਂ ਨੰਬਰ ਜੇਲ੍ਹ ਨੰਬਰ 3 ਦੇ ਵਿੱਚ ਤਿਹਾੜ ਜੇਲ੍ਹ ਸੀ ਅਤੇ ਉਹ ਜੇਲ੍ਹ ਨੰਬਰ 1 'ਚ ਸੀਗੇ। ਸਿਰਫ ਕੰਧ ਸਾਡੇ ਦਰਮਿਆਨ ਪੈਂਦੀ ਸੀ ਲੰਬੀ, ਯਾਨੀ ਕਿ ਕਹਿ ਲਓ ਵੀ 15-20 ਫੁੱਟ ਉੱਚੀ ਜਿਹੜੀ ਬਿਲਕੁਲ ਹੁੰਦੀ ਆ ਅਤੇ ਉੱਥੋਂ ਦਾਸ ਦੇ ਨਾਲ ਭਾਈ ਸਾਹਿਬ ਦੀ ਜਿਹੜੀ ਆ ਮੁਲਾਕਾਤ ਉਸ ਗਰਮੀਆਂ ਦੇ ਵਿੱਚ ਮੈਂ 1999 'ਚ ਗ੍ਰਿਫਤਾਰ ਹੋਇਆ ਅਤੇ ਉਹਨਾਂ ਦਿਨਾਂ ਵਿੱਚ ਫਿਰ ਉਹ ਕਿਤੇ ਜਦੋਂ ਉਹਨਾਂ ਨੂੰ ਪਤਾ ਚੱਲਿਆ ਅਤੇ ਉਹ ਫਿਰ ਕਿਉਂਕਿ ਜੇਲ੍ਹ ਨੰਬਰ 3 ਦੇ ਵਿੱਚ ਇੱਕ ਹਸਪਤਾਲ ਹੁੰਦਾ ਸੀਗਾ ਉੱਥੇ ਫਿਰ ਉਹ ਉਸ ਬਹਾਨੇ ਨਾਲ ਆਏ ਅਤੇ ਮੈਂ ਹਸਪਤਾਲ ਜਾਣਾ ਆ ਅਤੇ ਇੱਕ ਗਾਰ ਦੇ ਨਾਲ ਅਤੇ ਉਹਨਾਂ ਨੇ ਫਿਰ ਉਹਨਾਂ ਨੂੰ ਕੁਛ ਕਹਿ ਕਹੂ ਕੇ ਅਤੇ ਮੇਰੇ ਨਾਲ ਮੁਲਾਕਾਤ ਕੀਤੀ ਅਤੇ ਆਪਣੇ ਬਾਰੇ ਦੱਸਿਆ ਵੀ ਮੈਂ ਦਵਿੰਦਰਪਾਲ ਸਿੰਘ ਭੁੱਲ ਰਿਹਾ ਅਤੇ ਮੈਂ ਬੜਾ ਹੈਰਾਨ ਹੋਇਆ ਵੀ ਐਡਾ ਵੱਡਾ ਵਿਅਕਤੀ ਜਿਹਦਾ ਸੰਘਰਸ਼ ਦੇ ਵਿੱਚ ਐਡਾ ਯੋਗਦਾਨ ਆ ਔਰ ਐਡਾ ਨਾਂ ਆ ਅਤੇ ਉਹ ਅੱਜ ਮੇਰੀ ਮੁਲਾਕਾਤ ਕਰਨ ਮੇਰੇ ਜੰਗਲੇ 'ਚ ਸਲਾਖਾਂ ਫੜ ਕੇ ਖੜ੍ਹੇ ਆ। ਮੈਂ ਉਸ ਵੇਲੇ ਸੁਖਮਨੀ ਸਾਹਿਬ ਦਾ ਪਾਠ ਕਰ ਰਿਹਾ ਸੀਗਾ, ਕੁਦਰਤੀ ਉਹ ਸੀਨ ਮੇਰੇ ਹਲੇ ਤਾਂ ਵੀ ਯਾਦ ਆ ਅਤੇ ਉੱਥੇ ਗਰਮੀਆਂ ਦੇ ਦਿਨਾਂ 'ਚ ਮੈਂ ਸਿਰਫ ਆਪਣੇ ਕਛਹਿਰੇ 'ਚ ਸੀਗਾ ਅਤੇ ਉਸ ਵੇਲੇ ਮੈਂ ਗੁਟਕਾ ਫੜ ਕੇ ਪਾਠ ਕਰਿਆ ਅਤੇ ਉਹ ਪਰਛਾਵਾਂ ਦੇਖਿਆ ਮੈਂ ਤਾਂ ਪਤਾ ਨਹੀਂ ਕੌਣ ਆਇਆ ਹੈਗਾ ਅਤੇ ਜੰਗਲਾ ਜਿਹਾ ਉਹਨਾਂ ਨੇ ਖੜਕਾਇਆ ਅਤੇ ਮੈਂ ਜਦੋਂ ਦੇਖਿਆ ਅਤੇ ਇੱਕ ਕੁਛ ਮਧਰੇ ਕੱਦ ਦਾ ਇੱਕ ਸਿੰਘ ਮੂਹਰੇ ਖੜਾ ਅਤੇ ਉਹ ਜਦੋਂ ਆਪਣੀ ਇੰਟਰੋਡਕਸ਼ਨ ਦਿੰਦਾ ਆ ਉਹ ਕੱਦ ਤਾਂ ਉਹਦਾ ਬਹੁਤ ਉੱਚਾ ਅਤੇ ਵੱਡਾ ਆ। ਲੇਕਿਨ ਮੈਂ ਗੱਲ ਕਹਿ ਸਕਦਾ ਤੁਹਾਨੂੰ ਇੱਥੇ ਵੀ ਜੋ ਮੈਂ ਉਹਨਾਂ 'ਚ ਨਿਮਰਤਾ ਦੇਖੀ ਮਿਠਾਸ ਦੇਖੀ ਸ਼ਾਇਦ ਹੀ ਕਿਸੇ 'ਚ ਇਹ ਚੀਜ਼ ਪਾਈ ਹੋਵੇ। ਅਤੇ ਉਹਨਾਂ ਨਾਲ ਜਦੋਂ ਤੁਹਾਡੀ ਗੱਲਬਾਤ ਹੋਈ ਕੋਈ ਉਹਨਾਂ ਨੇ ਕੋਈ ਮੈਸੇਜ ਦਿੱਤਾ ਜਾਂ ਕੋਈ ਹੋਰ ਗੱਲਬਾਤ ਕਿਸੇ ਹੋਰ ਪਾਸੇ ਲੱਗੀ ਕਿਉਂਕਿ ਉਹਨਾਂ ਨੂੰ ਵੀ ਪਤਾ ਸੀ ਕਿ ਤੁਸੀਂ ਜਲਦੀ ਹੀ ਰਿਹਾਅ ਹੋ ਸਕਦੇ ਹੋ ਜਾਂ ਤੁਹਾਡੇ 'ਤੇ ਜਿੱਦਾਂ ਉਸ ਟਾਈਪ ਦੇ ਜਿਹੜੇ ਕੇਸ ਝੂਠੇ ਕੇਸ ਆ ਉਹ ਤਾਂ ਜਲਦੀ ਖਤਮ ਹੋ ਜਾਣੇ। ਉਹ ਇੱਦਾਂ ਸੀ ਵੀ ਜਦੋਂ ਉਸ 99 ਤੋਂ ਬਾਅਦ ਫਿਰ ਸਾਡੀ ਰੈਗੂਲਰ ਕੋਈ 8 ਦਿਨਾਂ ਬਾਅਦ ਕੋਈ ਮੀਟਿੰਗ ਹੁੰਦੀ ਰਹਿੰਦੀ ਸੀ। ਕਈ ਵਾਰੀ ਅਸੀਂ ਇਕੱਠੇ ਆਪਣੇ ਕੋਰਟ ਡੇਟ 'ਤੇ ਵੀ ਜਾਈਦਾ ਸੀਗਾ, ਕਦੇ ਸਾਡੀ ਗਾਰਦ ਇਕੱਠੀ ਵੀ ਹੋ ਜਾਂਦੀ ਸੀਗੀ, ਪਰ ਬਹੁਤੀ ਵਾਰੀ ਉਹ ਸਾਡੀ ਜੇਲ੍ਹ 'ਚ ਆਣ ਕੇ ਸਾਡੇ ਨਾਲ ਗੱਲਬਾਤ ਕਰ ਲੈਂਦੇ ਸੀਗੇ ਕੋਈ ਬਹਾਨੇ ਨਾਲ ਹਸਪਤਾਲ ਦੇ ਵਿੱਚ। ਹਾਂਜੀ, ਅਤੇ ਫਿਰ ਉੱਥੇ ਇੱਕ ਵਾਰੀ ਮੈਨੂੰ ਯਾਦ ਹੈ ਜਦੋਂ ਪਹਿਲੀ ਸਾਡੀ ਮੀਟਿੰਗ ਹੋਈ ਆ ਅਤੇ ਉਹਦੇ ਵਿੱਚ ਕਾਫੀ 15-20 ਸਿੰਘ ਇਕੱਠੇ ਹੋਏ, ਉਹ ਵੀ ਨਾਲ ਹੀ ਸੀਗੇ ਅਤੇ ਉਹਨਾਂ ਨੇ ਸਾਰਿਆਂ ਨੇ ਪਹਿਲੀ ਮੀਟਿੰਗ 'ਚ ਰੋਸ ਪ੍ਰਗਟ ਕੀਤਾ ਵੀ ਸਾਡੀ ਕੋਈ ਪੈਰਵਾਈ ਨਹੀਂ ਹੋ ਰਹੀ, ਸਾਡੀ ਕੋਈ ਗੱਲ ਨਹੀਂ ਹੋ ਰਹੀ ਵੀ ਕੀ ਗੱਲ ਆ।
ਕਿ ਸਾਨੂੰ ਕੀ ਸੰਘਰਸ਼ ਵਿੱਚ ਅਸੀਂ ਸ਼ਾਮਿਲ ਹੋਏ ਹਾਂ, ਅਸੀਂ ਕੋਈ ਕੌਮ ਲਈ ਕੰਮ ਕੀਤਾ, ਸੱਚ ਦੀ ਲੜਾਈ ਲੜੀ ਆ, ਅਤੇ ਕੀ ਅੱਜ ਕੌਮ ਸਾਨੂੰ ਭੁੱਲ ਬੈਠੀ ਆ ਵੀ ਸਾਡੀ ਨਾ ਕੋਈ ਰਾਜਕ ਜਥੇਬੰਦੀ ਗੱਲ ਕਰਦੀ ਹੈ, ਨਾ ਧਾਰਮਿਕ ਕਰਦੀ ਹੈ, ਨਾ ਕੋਈ ਬਾਹਰੀ ਸੰਸਥਾ ਕਰ ਰਹੀ ਹੈ, ਵੀ ਸਾਡਾ ਕੋਈ ਪਾਲੀ ਵਾਰਸ ਹੀ ਹੈ ਨਹੀਂ। ਸਾਨੂੰ ਤਾਂ ਇਵੇਂ ਲੱਗ ਰਿਹਾ ਵੀ ਜਿੱਦਾਂ ਸਾਨੂੰ ਕਿਸੇ ਚੀਜ਼ 'ਚ ਬੰਦ ਕਰਕੇ ਤਾਂ ਚਾਬੀਆਂ ਸਿੜਤੀਆਂ ਹੋਣ। ਘਰੇਲੂ ਮਦਦ ਨਹੀਂ ਹੋ ਰਹੀ, ਸਾਡੇ ਬੜੇ ਤਗੜੇ ਰੋਸ ਸੀਗੇ ਉਹਨਾਂ ਦੇ, ਜਾਣੀ ਕਿ ਛੋਟੇ ਨਹੀਂ ਬਹੁਤ ਵੱਡੇ ਰੋਸ ਸੀਗੇ। ਤੇ ਦਾਸ ਨੂੰ ਦਿਲਾਸਾ ਦਿੱਤਾ ਵੀ ਦੇਖੋ ਸਾਨੂੰ ਨਹੀਂ ਪਤਾ ਸੀਗਾ ਵੀ ਤੁਸੀਂ ਜੇਲ੍ਹਾਂ 'ਚ ਬੰਦ, ਬਾਕੀ ਸਾਨੂੰ ਨਹੀਂ ਇੰਨੀ ਗੱਲ ਦਾ ਪਤਾ ਸੀਗਾ, ਹਾਲਾਂਕਿ ਇਹ ਪਤਾ ਹੋਣਾ ਜ਼ਰੂਰੀ ਸੀਗਾ ਵੀ ਇਹਨਾਂ ਨੇ ਕੌਮ ਲਈ ਇੱਕ ਸੰਘਰਸ਼ ਲੜਿਆ ਤੇ ਸਾਨੂੰ ਬੇਖਬਰ ਆ, ਅਸੀਂ ਅਸੀਂ ਸ਼ਹੀਦਾਂ ਵੱਲ ਲੱਗੇ ਰਹੇ ਹਾਂ, ਇਹ ਸ਼ਹੀਦਾਂ ਦੀ ਗੱਲ ਕਰਦੇ ਰਹੇ ਹਾਂ, ਲੇਕਿਨ ਕੌਮ ਦੇ ਇਹੋ ਬੰਦੀ ਸੀਗੇ ਜਿਹੜੇ ਇਹਨਾਂ 'ਚ, ਉਹਨਾਂ ਦੀ ਕਿਸੇ ਵੀ ਉਸ ਵੇਲੇ ਤੋਂ ਇਤਿਹਾਸ ਖੋਲ ਕੇ ਦੇਖ ਲਓ 90ਆਂ ਦਾ ਜਾਂ ਉਸ ਤੋਂ ਬਾਅਦ ਦਾ, ਤੇ ਉਹ ਇਤਿਹਾਸ ਸਾਇਲੈਂਟ ਆ ਬੰਦੀਆਂ ਦੇ ਸੰਬੰਧ ਦੇ ਵਿੱਚ, ਬਿਲਕੁਲ ਸਾਇਲੈਂਟ ਆ। ਅਤੇ ਫਿਰ ਮੈਂ ਉਹਨਾਂ ਨੂੰ ਕਿਹਾ ਮੈਂ ਤੁਹਾਨੂੰ ਇੱਕ ਵਾਅਦਾ ਕਰਦਾ ਵੀ ਉਹਨਾਂ ਨੂੰ ਸਾਰਿਆਂ ਨੂੰ ਪਤਾ ਸੀ ਮੇਰੇ 'ਤੇ ਝੂਠਾ ਕੇਸ ਆ, ਅਤੇ ਭੁੱਲਰ ਸਾਹਿਬ ਇਹੀ ਕਹਿੰਦੇ ਵੀ ਤੁਸੀਂ ਚਲੇ ਜਾਣਾ ਆ, ਕੁਦਰਤ ਪਤਾ ਸੀ ਉਹਨਾਂ ਨੂੰ ਵੀ ਤੁਸੀਂ ਸਾਡੀ ਬਾਂਹ, ਇਹ ਮੇਰਾ ਉਹਨਾਂ ਦਾ ਜਾਣੀ ਕਿ ਇੱਕ ਆਖਰੀ ਬਚਨ ਸੀ ਵੀ ਕਹਿੰਦੇ ਉਦੋਂ ਉਹਨਾਂ ਦਾ ਜਿਹੜਾ ਕੇਸ ਸੀਗਾ, ਮੈਂ ਵੀ ਸਪਸ਼ਟ ਕਰਨਾ ਚਾਹੁੰਦਾ ਸੰਗਤਾਂ ਨੂੰ ਵੀ ਉਹ ਖੁਦ ਲੜਦੇ ਸੀਗੇ ਆਪਣਾ ਕੇਸ, ਪ੍ਰੋਫੈਸਰ ਸਾਹਿਬ ਖੁਦ ਉਹਨਾਂ ਦੇ ਆਪਣੇ ਵਕੀਲ ਸੀਗੇ, ਆਪਣਾ ਉਹਨਾਂ ਦਾ ਜ਼ਰੀਆ ਸੀਗਾ, ਆਪਣੀ ਕੇਸ ਦੀ ਪੈਰਵਾਈ ਉਹ ਆਪ ਹੀ, ਭੁੱਲਰ ਸਾਹਿਬ ਤੋਂ ਨਾਲ ਇੱਕ ਦੋ ਸਾਥੀ ਸੀਗੇ ਉਹ ਆਪ ਹੀ ਕਰਦੇ ਸੀਗੇ, ਉਹ ਕਿਤੇ ਫੰਡ ਹੀ ਨਹੀਂ ਲੈਂਦੇ ਸੀਗੇ ਉਸ ਟਾਈਮ ਦੇ ਵਿੱਚ, ਉਸ ਟਾਈਮ ਦੇ ਵਿੱਚ ਵੀ 99 ਦੇ ਵਿੱਚ ਵੀ ਕਿਸੇ ਸੰਸਦ ਦੇ ਕੋਲੋਂ, ਕਿਸੇ ਗੁਰਦੁਆਰਾ ਸਾਹਿਬ ਕੋਲੋਂ ਜਾਂ ਉਹਨਾਂ ਦੀ ਕੋਈ ਪੈਰਵਾਈ ਨਹੀਂ ਸੀ ਬਾਹਰੋਂ, ਠੀਕ, ਉਹਨਾਂ ਦੇ ਆਪਣਾ ਜ਼ਰੀਆ ਸੀ ਅਮਰੀਕਾ, ਕੈਨੇਡਾ, UK ਤੋਂ ਜਿਹੜੇ ਉਹ ਲੋਕ ਉਹਨਾਂ ਨੂੰ ਫੰਡ ਕਰਦੇ ਸੀਗੇ ਅਤੇ ਉਹਨਾਂ ਨੇ ਆਪਣਾ ਕੰਮ ਚਲਾਉਂਦੇ ਸੀਗੇ। ਲੇਕਿਨ ਉਸ ਵੇਲੇ ਫਿਰ ਜਦੋਂ ਸਾਡੀ ਰਿਹਾਈ ਹੋਣੀ ਸੀਗੀ ਅਤੇ ਉਹਨਾਂ ਨੂੰ ਪਤਾ ਸੀਗਾ, ਉਹਨਾਂ ਨੇ ਫਿਰ ਮੈਨੂੰ ਆਖਰੀ ਮੀਟਿੰਗ ਉਹਨਾਂ ਨੇ ਮੇਰੇ ਨਾਲ ਕੀਤੀ ਵੀ ਹੁਣ ਤੂੰ ਚਲਾ ਜਾਣਾ ਆ, ਤੇਰਾ ਕੇਸ ਐਂਡ 'ਤੇ ਆ, ਫੈਸਲਾ ਹੋਣ ਵਾਲਾ ਆ, ਵੀ ਇੱਕ ਕੰਮ ਜ਼ਰੂਰ ਕਰਨਾ ਵੀ ਜਿਹੜੀ ਸਾਡੀ ਚਾਰ ਦੁਆਰੀ ਦੇ ਵਿੱਚ ਆਵਾਜ਼ ਬੰਦ ਕੀਤੀ ਹੋਈ ਆ, ਹਾਂਜੀ, ਉਹਨਾਂ ਨੂੰ ਤੁਸੀਂ ਸੰਸਾਰ ਪੱਧਰ 'ਤੇ ਲੈ ਕੇ ਜਾਣਾ ਆ। ਮਤਲਬ ਇੱਕ ਉਹਨਾਂ ਦਾ ਜਿਹੜਾ ਸੁਨੇਹਾ ਸੀ, ਹਾਂਜੀ, ਉਹ ਤੁਸੀਂ ਜਿੱਦਾਂ ਲੈ ਕੇ ਤੁਸੀਂ ਬਾਹਰੋਂ ਆਏ, ਫਿਰ ਉਸ ਤੋਂ ਬਾਅਦ ਕੋਈ ਉੱਥੇ ਕੀ ਕੀਤਾ ਤੁਸੀਂ? ਉੱਥੋਂ ਆਣ ਕੇ ਅਸੀਂ ਪਹਿਲਾਂ ਤਾਂ ਇੰਡੀਆ 'ਚ ਜਿੰਨੇ ਅਸੀਂ ਮਦਦ ਕਰ ਸਕਦੇ ਸੀਗੇ, ਮੈਂ ਉੱਥੇ 2.5 ਸਾਲ ਨਜ਼ਰਬੰਦ ਹੋਣ ਤੋਂ ਜਾਣੀ ਕਿ ਰਿਹਾਇਤ ਹੋਣ ਤੋਂ ਬਾਅਦ ਵੀ ਰਿਹਾ ਹੈਗਾ। ਅੱਛਾ। ਕਿਉਂਕਿ ਮੈਨੂੰ ਇੱਥੇ ਆਉਣ ਦਿੱਤਾ ਜਾ ਸੀ ਇੰਡੀਆ ਗਵਰਨਮੈਂਟ ਵੱਲੋਂ, ਅਤੇ ਪ੍ਰੈਸ਼ਰ ਸੀ ਇੱਥੇ ਦੀ ਗਵਰਨਮੈਂਟ 'ਤੇ ਵੀ, ਅਤੇ ਫਿਰ ਜਦੋਂ ਇੱਥੇ ਆਇਆ ਤਾਂ ਦਾਸ ਨੇ ਇੱਥੇ ਆਣ ਕੇ ਚੈਰਿਟੀ ਸੈਟਅਪ ਕਰਕੇ ਜਿਹੜਾ ਉਹਨਾਂ ਦਾ ਸੁਨੇਹਾ ਸੀਗਾ ਉਹ ਇੱਥੇ ਲਾਗੂ ਕੀਤਾ ਇੱਕ SOPW ਦੇ ਰੂਪ ਦੇ ਵਿੱਚ, ਹਾਂਜੀ, ਅਤੇ ਉਹਨੂੰ ਅਸੀਂ ਫਿਰ ਫੋਲੋ ਕੀਤਾ। ਅਤੇ ਮੈਂ ਇੱਥੇ ਇਹ ਵੀ ਦੱਸਦਾ ਜਾਵਾਂ ਵੀ ਇੱਥੇ ਦੱਸਣਾ ਜ਼ਰੂਰੀ ਹੈ ਸੰਗਤਾਂ ਨੂੰ ਵੀ ਬੇਸ਼ੱਕ ਦੀ ਦਾਸ ਇੱਥੇ ਆ ਗਿਆ ਸੀਗਾ, ਲੇਕਿਨ ਇੱਥੇ ਆਣ ਕੇ ਵੀ ਉਹਨਾਂ ਨਾਲ ਮੈਂ ਰਾਬਤਾ ਕਾਇਮ ਰੱਖਿਆ, ਉਹ ਸਾਡੇ ਸੇਵਾਦਾਰ ਸੀਗੇ ਇੰਡੀਆ ਦੇ ਵਿੱਚ, ਅਤੇ ਖੁਦ ਸਾਡੇ ਜਿਹੜੇ ਚੈਰਿਟੀ ਦੇ ਵਰਕਰ ਸੀਗੇ ਉਹਨਾਂ ਨਾਲ UK ਤੋਂ ਜਾ ਕੇ ਉਹਨਾਂ ਦੀ ਮੁਲਾਕਾਤ ਤਿਹਾੜ ਜੇਲ੍ਹ 'ਚ ਕਰਦੇ ਰਹੇ ਆ, ਕਿਉਂਕਿ ਉਹਨਾਂ ਦਿਨਾਂ 'ਚ ਵੀ ਬੜਾ ਔਖਾ ਸੀਗਾ, ਜਿਹੜੀ ਏਜੰਸੀਆਂ ਸੀਗੀਆਂ, ਪੁਲਿਸ ਸੀਗੀ, ਬੜੀ ਸਖਤਾਈ ਉੱਥੇ ਹੁੰਦੀ ਸੀ ਜਦੋਂ ਮੁਲਾਕਾਤ ਕਰ ਰਹੇ, ਪਰ ਫਿਰ ਵੀ ਅਸੀਂ ਜਾਂਦੇ ਰਹੇ ਹਾਂ। ਮੇਰਾ ਬੇਟਾ ਵੀ ਜਾਂਦਾ ਰਿਹਾ, ਜਾਣੀ ਕਿ ਇੱਥੋਂ UK ਤੋਂ ਦੋ ਵਾਰੀ ਉਹ ਵੀ ਗਿਆ ਹੈਗਾ, ਠੀਕ ਹੈ, 2008 ਤੋਂ ਲੈ ਕੇ 10 ਦੀ ਗੱਲ ਮੈਂ ਕਰ ਰਿਹਾ ਹੈਗਾ। ਸੋ ਅਸੀਂ ਰਾਬਤਾ ਉਹਨਾਂ ਨਾਲ ਕਾਇਮ ਰੱਖਿਆ, ਜਿਹਦੇ ਵਿੱਚ ਉਹਨਾਂ ਨੇ ਸਾਨੂੰ ਸੰਦੇਸ਼ੇ ਦਿੱਤੇ ਵੀ ਬਾਹਰ ਤੁਸੀਂ ਇੱਦਾਂ ਦਾ ਪ੍ਰਚਾਰ ਕਰੋ, ਬਾਹਰ ਤੁਸੀਂ ਆਹ ਚੀਜ਼ਾਂ ਹਾਈਲਾਈਟ ਕਰੋ, ਉਹਨਾਂ ਦੇ ਬੜੇ ਤਕੜੇ ਆਈਡੀਆ ਸੀਗੇ। ਇਹ ਬਦਕਿਸਮਤੀ ਵੀ ਉਹਨਾਂ ਨੂੰ 2000 ਦੇ ਵਿੱਚ ਉਹਨਾਂ ਨੂੰ ਜਿਹੜਾ ਉਹਨਾਂ ਦੇ ਇੱਥੇ ਮੈਂਟਲ ਜਿਹੜਾ ਸਰੀਰਕ ਤੌਰ 'ਤੇ ਉਹ ਉਹਨਾਂ ਨੂੰ ਟੋਰਚਰ ਹੀ ਜ਼ਿਆਦਾ ਇੰਨਾ ਕਰ ਦਿੱਤਾ ਗਿਆ ਵੀ ਉਹਨਾਂ ਨੂੰ ਹਸਪਤਾਲ ਹੋਣਾ ਜਾਣਾ ਪਿਆ, ਜਿੱਥੇ ਫਿਰ ਸਾਡਾ ਕਨੈਕਸ਼ਨ ਜਿਹੜਾ ਸੀਗਾ ਉਹ ਟੁੱਟ ਗਿਆ ਹਾਂਜੀ। ਅਤੇ ਜੇ ਆਪਾਂ ਗੱਲਬਾਤ ਕਰੀਏ ਪ੍ਰੋਫੈਸਰ ਸਾਹਿਬ ਉਹਨਾਂ ਦੇ ਕੇਸ ਦੀ, ਅਤੇ ਕੇਸ ਦੀ ਤੁਸੀਂ ਕਿਹਾ ਕਿ ਪੈਰਵਾਈ ਆਪ ਕਰਦੇ ਸੀ, ਅਤੇ ਉਸ ਤੋਂ ਬਾਅਦ ਉਹਨਾਂ ਦੇ ਕੇਸ ਦੀ ਥੋੜ੍ਹੀ ਜਿਹੀ ਸ਼ੋਰਟ ਦੇ ਵਿੱਚ ਦੱਸੋ ਕਿ ਬੈਕਗਰਾਊਂਡ ਕੌਣ ਕੌਣ ਪੈਰਵਾਈ ਕਰਦਾ ਰਿਹਾ, ਜਾਂ ਹੁਣ ਜੇ ਅੱਜ ਵੀ ਉਹਨਾਂ ਦੀ ਪ੍ਰੋਬਲਮ ਹੋਈ ਆ, ਕੌਣ ਹੁਣ ਇਸ ਟਾਈਮ ਫਾਈਨੈਂਸ਼ੀਅਲ ਮਦਦ ਕਿੱਧਰੋਂ ਜਾ ਰਹੀ, ਕੀ ਪੈਰਵਾਈ ਹੋ ਰਹੀ, ਅਤੇ ਕਿਹੜੇ ਕਿਸ ਤਰੀਕੇ ਨਾਲ ਉਹ ਜਿਹੜੇ ਬਾਹਰ ਆਏ ਹੈਗੇ? ਹਾਂਜੀ, ਇਹ ਬਹੁਤ ਤੁਹਾਡਾ ਅਹਿਮ ਸਵਾਲ ਹੈ, ਇਸ ਸੰਗਤਾਂ ਨੂੰ ਕਲੀਅਰ ਹੋਣਾ ਬਹੁਤ ਜ਼ਰੂਰੀ ਆ। ਜਦੋਂ ਉਹਨਾਂ ਨੂੰ ਫਾਂਸੀ ਦੀ 2002 ਵਿੱਚ ਸਜ਼ਾ ਜਿਹੜੀ ਸੁਣਾ ਦਿੱਤੀ ਗਈ ਸੀਗੀ, ਹਾਂਜੀ, ਉਸ ਤੋਂ ਬਾਅਦ ਫਿਰ ਉਹਨਾਂ ਦੀਆਂ ਅਪੀਲ ਜਿਹੜੀਆਂ ਹੈਗੀਆਂ ਹਾਈ ਕੋਰਟ, ਸੁਪਰੀਮ ਕੋਰਟ ਪੈਣੀਆਂ ਸ਼ੁਰੂ ਹੋਈਆਂ, ਅਤੇ ਉਸ ਤੋਂ ਬਾਅਦ ਜਿਹੜੀ ਸਮੁੱਚੀ ਪੈਰਵਾਈ ਹੈ ਉਹਨਾਂ ਦੀ ਕੇਸ ਦੀ, ਜਾਣੀ ਕਿ ਅਪੀਲ ਦੀ, ਅਪੀਲ ਅਗੇਂਸਟ ਦੀ ਡੈਥ ਸੈਂਟੈਂਸ, ਜਿਹੜੀ ਫਾਂਸੀ ਦੀ ਸਜ਼ਾ ਸੀ ਉਹਦੇ ਖਿਲਾਫ ਜੋ ਉਹਨਾਂ ਨੇ ਅਪੀਲ ਕੀਤੀ, ਉਹਦੀ ਸਾਰੀ ਦੀ ਸਾਰੀ ਜ਼ਿੰਮੇਵਾਰੀ ਜਿਹੜੀ ਆ ਉਹ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਹੱਥਾਂ 'ਚ ਲੈ ਲਈ ਸੀਗੀ, ਠੀਕ ਹੈ। ਉਸ ਵੇਲੇ ਮੈਂ ਕਿਹਾ ਸਰਨਾ ਬ੍ਰਦਰ ਜਿਹੜੇ ਸੀਗੇ ਉਹ ਇੰਚਾਰਜ ਸੀਗੇ ਕਮੇਟੀ ਦੇ, ਅੱਜ ਮਨਜੀਤ ਸਿੰਘ GK ਹੈਗਾ, ਭਾਵੇਂ ਅਸੀਂ ਉਹਨਾਂ ਨੂੰ ਪਸੰਦ ਕਰੀਏ ਨਾ ਕਰੀਏ ਵੱਖਰੀ ਗੱਲ, ਲੇਕਿਨ ਇੱਕ ਸੱਚਾਈ ਦੇ ਤੌਰ 'ਤੇ ਮੈਂ ਦੱਸਣਾ ਚਾਹੁੰਦਾ, ਸਮੁੱਚੀ ਪੈਰਵਾਈ ਜਿਹੜੀ ਆ ਭੁੱਲਰ ਸਾਹਿਬ ਦੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤੀ ਆ, ਭਾਵੇਂ ਉਹ ਸਰਨੇ ਹੋਣਾ ਦੇ ਅੰਡਰ ਹੋਵੇ ਜਾਂ ਬਾਅਦ ਚੋਂ ਅੱਗੇ ਹੋਵੇ, ਉਹ ਗੁਰਦੁਆਰਾ ਉੱਥੇ ਉਹਨਾਂ ਨੇ ਕੀਤੀ ਆ।
उन्होंने ही वकील करके दिते ने, उन्होंने ही नटपज की है, उन्होंने फंड की है। दिल्ली दी संगतां दा काफी वड्डा रोल है क्योंकि कमेटी जिहड़ी संगतां द्वारा ही चलाई जांदी। दूसरी गल जदों भी उन्हां दी वाइफ उन्हां दी मदर अमेरिका कैनेडा तो जांदे सीगे, हाँ जी मदर उन्हां दी अमेरिका जिहड़ी दी कैलिफोर्निया च ते वाइफ उन्हां दी कैनेडा कैनेडियन हैगे आ, बिल्कुल उन्हां दा सारा जिहड़ा उहदी रेख सेख सीगी उह सारी दिल्ली गुरद्वारा प्रबंधक कमेटी ही, रहिण सहिण उहदा दा जो भी उत्थे दा हैगा उह ही करदे सीगे। ठीक है, इक सच्चाई आ, ਸਾਨੂੰ ਇਸ ਸੱਚਾਈ ਤੋਂ ਕਿਸੇ ਨੂੰ ਮੁਨਕਰ ਨਹੀਂ ਹੋਣਾ ਚਾਹੀਦਾ ਅਤੇ ਇਹ ਉਹਨਾਂ ਦਾ ਸਾਰਾ ਜਿਹੜਾ ਯੋਗਦਾਨ ਹੈਗਾ ਉਹਨਾਂ ਦਾ ਹੈਗਾ। ਲੇਕਿਨ ਜਿਹੜੀ ਉਹ ਤੋਂ ਬਾਅਦ ਦੀ ਕੈਂਪੇਨ ਹੈਗੀ ਤਾਂ ਮੈਂ ਇਹ ਵੀ ਦੱਸਣਾ ਚਾਹੁੰਦਾ ਵੀ ਜਿਹੜਾ ਉਹਨਾਂ ਦੀ ਕੈਂਪੇਨ ਹੋਈ ਆ, ਹਾਂਜੀ ਖਾਸ ਕਰਕੇ ਡੈਸੈਂਟੈਂਸ ਤੋਂ ਬਾਅਦ, ਉਹ ਮੈਂ ਕਹਿ ਸਕਦਾ ਹਾਂ ਵੀ ਸਮੁੱਚੀ ਕੌਮ ਹੀ ਹੱਕਦਾਰ, ਉਹਦੀ ਵਧਾਈ ਦੀ ਹੱਕਦਾਰ ਆ। ਬਿਲਕੁਲ, ਸਮੁੱਚੀ ਕੌਮ ਨੇ ਹੀ ਉਹ 'ਚ ਯੋਗਦਾਨ ਪਾਇਆ, ਭਾਵੇਂ ਉਹ ਪਟੀਸ਼ਨ ਕੀਤੀਆਂ ਨੇ, ਭਾਵੇਂ ਕਿਸੇ ਲੌਬੀ ਕੀਤੀਆਂ ਨੇ ਪਾਰਲੀਮੈਂਟ ਦੇ ਵਿੱਚ, ਬਿਲਕੁਲ ਭਾਵੇਂ ਵੱਡੇ ਪੱਧਰ 'ਤੇ ਉਹਨਾਂ ਨੇ ਆਪਣਾ ਰੋਸ ਪ੍ਰਗਟਾਵੇ ਮੁਜ਼ਾਹਰਿਆਂ ਦੇ ਵਿੱਚ, ਰੋਸ ਮੁਜ਼ਾਹਰਿਆਂ ਦੇ ਵਿੱਚ ਕੀਤੇ ਨੇ, ਇਹ ਸਮੁੱਚੀ ਵਰਲਡ ਦੇ ਸਿੱਖਾਂ ਨੇ ਕੀਤਾ ਉਹਨਾਂ ਦੇ ਹੱਕ ਦੇ ਵਿੱਚ। ਇਹ ਬਹੁਤ ਵੱਡੀ ਸਿੱਖਾਂ ਦੀ ਇੱਕ ਇੱਕ ਯੋਧੇ ਦੇ ਮਗਰ ਖੜ ਕੇ, ਹਾਂਜੀ ਇੱਕ ਸਪੋਰਟ ਸੀਗੀ ਜੇ ਆਪਾਂ ਕਹਿ ਸਕਦੇ ਉਹਦੀ, ਜਿੰਨੀਆਂ ਵੀ ਜੇ ਆਪਾਂ ਕਹੀ ਕਿ ਜਥੇਬੰਦੀਆਂ ਭਾਵੇਂ ਯੂਰਪ ਦੀਆਂ ਹੋਣ, ਯੂਕੇ ਦੀਆਂ ਹੋਣ ਜਾਂ ਕੈਨੇਡਾ ਦੀਆਂ ਹੋਣ, ਉਹਨਾਂ ਨੇ ਜਿੱਦਾਂ ਉਸ ਚੀਜ਼ ਨੂੰ ਇੱਕ ਆਪਣਾ ਕੇਸ ਲੈ ਕੇ, ਚਾਹੇ ਆਪਾਂ ਕਹੀ ਇਹ ਕੇਸ ਹੋਵੇ ਜਾਂ ਫਿਰ ਉਸ ਤੋਂ ਬਾਅਦ ਰਾਜੂ ਵਾਲੇ ਹੋਣਾ ਦਾ ਕੇਸ ਸੀਗਾ, ਹਾਂਜੀ ਉਹਦੇ 'ਚ ਵੀ ਜਿੱਦਾਂ ਪੂਰਾ ਬਹੁਤ ਵੱਡੀ ਵਰਲਡ ਲੈਵਲ 'ਤੇ ਇੱਕ ਲਹਿਰ ਚੱਲੀ ਆ, ਜਿਹਨੂੰ ਆਪਾਂ ਕੇਸਰੀ ਲਹਿਰ ਵੀ ਉਸ ਵੇਲੇ ਕਹਿੰਦੇ ਸੀਗੇ, ਅਤੇ ਇਹ ਯੋਧਿਆਂ ਲਈ ਕਹਿ ਲਓ ਵੀ ਭੁੱਲਰ ਸਾਹਿਬ ਲਈ, ਰਾਜੂ ਵਾਲੇ ਲਈ ਜਾਂ ਉਹਨਾਂ ਲਈ ਵੀ ਇੱਕ ਬਹੁਤ ਵੱਡੀ ਲਹਿਰ ਸੀ ਇਸ ਵੇਲੇ। ਇਸ ਕਰਕੇ ਮੈਂ ਜ਼ਰੂਰ ਕਹਿੰਦਾ ਹੁੰਦਾ ਵੀ ਜਿੱਥੇ ਉਹਨਾਂ ਨੇ ਯੋਗਦਾਨ ਪਾਇਆ, ਹਾਂਜੀ ਉੱਥੇ ਸਮੁੱਚੀ ਕੌਮ ਦਾ ਇੱਕ ਯੋਗਦਾਨ ਆ। ਬਿਲਕੁਲ, ਇਹ ਤਾਂ ਅਸੀਂ ਦੌੜ ਨਹੀਂ ਸਕਦੇ, ਕੋਈ ਇੱਕ ਬੰਦਾ ਨਹੀਂ ਕਲੇਮ ਕਰ ਸਕਦਾ ਵੀ ਭੁੱਲਰ ਦੀ ਰਿਹਾਈ ਲਈ ਅਸੀਂ ਕੋਸ਼ਿਸ਼ ਕੀਤੀ ਤਾਂ ਅੱਜ ਬਾਹਰ ਆ, ਸਮੁੱਚੀ ਕੌਮ ਹੀ ਹੱਕਦਾਰ ਹੈ ਇਸ ਵਧਾਈ ਦੀ, ਇਹ ਸਾਰੀ ਪੈਰਵਾਈ ਸਮੁੱਚੀ ਕੌਮ ਨੇ ਕੀਤੀ। ਇਸ ਤੋਂ ਪਿੱਛੇ ਤੁਸੀਂ ਕਹੋਗੇ ਜਿੱਦਾਂ ਹੌਲੀ ਹੌਲੀ ਜਿੱਦਾਂ ਟੈਕਨੋਲੋਜੀ ਆਉਂਦੀ ਗਈ, ਹੁਣ ਅੱਜ ਚਲੋ ਸੋਸ਼ਲ ਮੀਡੀਆ ਕਾਫੀ ਚੱਲ ਰਿਹਾ, ਅਤੇ ਟੈਕਨੋਲੋਜੀ ਦਾ ਜਾਂ ਸਿੱਖ ਮੀਡੀਆ ਦਾ ਇਹਦੇ ਪਿੱਛੇ ਕੋਈ ਰੋਲ ਹੈਗਾ, ਇਹਦੇ ਬਾਰੇ ਤੁਸੀਂ ਕੀ ਸੋਚਦੇ? ਬਹੁਤ ਰੋਲ ਆ, ਕਿਉਂਕਿ ਜੇ ਸਿੱਖ ਮੀਡੀਆ ਨਾ ਇਹ ਚੀਜ਼ ਨੂੰ ਲੋਕਾਂ ਤੱਕ ਪਹੁੰਚਾਉਂਦਾ, ਘਰ ਘਰ ਨਾ ਪਹੁੰਚਾਉਂਦਾ, ਤਾਂ ਸ਼ਾਇਦ ਸਾਡੀ ਕੌਮ ਨੂੰ ਪਤਾ ਨਹੀਂ ਲੱਗਣਾ ਸੀਗਾ। ਹਾਂਜੀ, ਅਸੀਂ ਜੇ ਗੁਰਦੁਆਰੇ ਜਾਂਦੇ ਹਾਂ, ਅਸੀਂ ਸਾਡੀ ਆਡੀਅੰਸ ਕਿੰਨੀ ਹੁੰਦੀ ਆ, 100, 200, 300। ਬਿਲਕੁਲ, ਅਸੀਂ 200-300 ਤੋਂ ਆਪਣੀ ਆਵਾਜ਼ ਪਹੁੰਚਾ ਸਕਦੇ ਹਾਂ, ਅਤੇ ਜੇ ਅੱਜ ਸਾਡੇ ਕੋਲ ਅਕਾਲ ਚੰਨ ਵਰਗਾ ਮੀਡੀਆ ਹੈਗਾ, 106 ਮੁਲਕਾਂ 'ਚ ਅਕਾਲ ਚੰਨ ਜਾਂਦਾ ਹੈਗਾ, ਸੋ 106 ਮੁਲਕਾਂ ਦੇ ਵਿੱਚ ਅੱਜ ਆਵਾਜ਼ ਆ ਰਹੀ ਆ। ਬਿਲਕੁਲ ਜੀ, ਅਕਾਲ ਚੈਨਲ ਦੇ ਰਾਹੀਂ 106 ਮੁਲਕਾਂ ਨੂੰ ਆਪਾਂ ਦੱਸ ਰਹੇ ਹਾਂ ਸਾਡੇ ਨਾਲ ਕੀ ਵਧੀਕੀ ਹੋ ਰਹੀ ਆ, ਅੱਜ ਭੁੱਲਰ ਸਾਹਿਬ ਦੀ ਕੀ ਪੁਜੀਸ਼ਨ ਆ, ਅੱਜ ਭੁੱਲਰ ਸਾਹਿਬ ਰਿਹਾਅ ਹੋ ਰਹੇ ਨੇ, ਅੱਜ ਭੁੱਲਰ ਸਾਹਿਬ ਇੱਥੇ ਨੇ, ਜਾਣੀ ਕਿ ਸੰਘਰਸ਼ ਦੇ ਵਿੱਚ ਮੈਂ ਕਹੂੰਗਾ ਇੱਕ ਬਹੁਤ ਵੱਡਾ ਰੋਲ ਆ ਮੀਡੀਆ ਦਾ, ਅਤੇ ਮੀਡੀਆ ਹਮੇਸ਼ਾ ਹੀ ਲੋਕਾਂ ਤੱਕ ਜਿਹੜੀ ਆ ਸੱਚ ਅਤੇ ਹੱਕ ਦੀ ਗੱਲ ਪਹੁੰਚਾਉਣਾ ਉਹਨਾਂ ਦਾ ਫਰਜ਼ ਵੀ ਹੁੰਦਾ। ਬਿਲਕੁਲ, ਅਤੇ ਮੇਰੇ ਖਿਆਲ ਅਕਾਲ ਚੰਨ ਨੇ ਪਹੁੰਚਾਈ ਵੀ ਆ। ਬਿਲਕੁਲ, ਅਸੀਂ ਇਹਦਾ ਬਹੁਤ ਵੱਡਾ ਰੋਲ ਮੰਨਦੇ ਹਾਂ, ਜਿੱਥੇ ਸੰਗਤਾਂ ਦਾ ਉੱਥੇ ਮੀਡੀਆ ਦਾ ਵੀ। ਅਤੇ ਅੱਜ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ, ਸਾਡੀ ਅੱਜ ਟੀਮ ਭੁੱਲਰ ਸਾਹਿਬ ਦੇ ਘਰ ਬੈਠੀ ਆ ਇਸ ਵੇਲੇ, ਠੀਕ ਹੈ, ਸਿੱਖ ਰਿਲੀਫ ਦੀ, ਸਾਨੂੰ ਵੀ ਖੁਸ਼ੀ ਆ, ਖਹਿਰਾ ਸਾਹਿਬ ਵੀ ਨਾਲ ਨੇ, ਹਾਂਜੀ ਉਹਨਾਂ ਨੂੰ ਨਾਲ ਲੈ ਕੇ ਸਿੱਖ ਲਈ ਦੀ ਟੀਮ ਭੁੱਲਰ ਸਾਹਿਬ ਨੂੰ ਮਿਲ ਗਈ ਆ, ਵੀ ਉਹਨਾਂ ਦੇ ਸਾਥੀ ਨੇ ਉਹ, ਹਾਂਜੀ ਅਤੇ ਮੇਰੇ ਖਿਆਲ ਉਹਨਾਂ ਦੀ ਮੁਲਾਕਾਤ ਵੀ ਆਪਸ ਵਿੱਚ ਹੀ ਬੜੇ ਲੰਮੇ ਸਮੇਂ ਬਾਅਦ ਹੋ ਰਹੀ ਆ, ਜੇ ਮੈਂ ਗਲਤ ਨਾ ਹੋਵਾਂ ਸ਼ਾਇਦ 2010 ਤੋਂ ਬਾਅਦ ਹੀ, ਹਾਂਜੀ ਅੱਜ ਖਹਿਰਾ ਸਾਹਿਬ ਵੀ ਭੁੱਲਰ ਸਾਹਿਬ ਨੂੰ ਪਹਿਲੀ ਵਾਰੀ ਮਿਲ ਰਹੇ ਨੇ। ਬੜੀ ਇਮੋਸ਼ਨਲ ਮੀਟਿੰਗ ਹੋਏਗੀ, ਮੈਨੂੰ ਪਤਾ ਹੈ ਉਹਨਾਂ ਦੇ ਸੁਭਾਵਾਂ ਦਾ। ਬਿਲਕੁਲ, ਜਦੋਂ ਉਹ ਸੋਚਦੇ ਬੰਦੇ ਦੋ ਮਿਲਦੇ ਆ ਤਾਂ ਉਹ ਕਿਸ ਤਰ੍ਹਾਂ ਮਿਲਦੇ ਨੇ। ਅਤੇ ਇਸ ਤੋਂ ਬਾਅਦ ਆਪਾਂ ਜੇ ਗੱਲਬਾਤ ਕਰੀਏ ਉਹਨਾਂ ਦੇ ਕੇਸ ਬਾਰੇ, ਹੁਣ ਅੱਗੇ ਕੀ ਹੋਣ ਦੇ ਹਾਲਾਤ ਹੈਗੇ ਨੇ ਜਾਂ ਕੁਛ ਹੋਰ ਤੁਸੀਂ ਉਹਨਾਂ ਬਾਰੇ ਦੱਸਣਾ ਚਾਹੁੰਦੇ ਹੋ? ਮਿਖਲ, ਸਾਡੀ ਜੇ ਅਸੀਂ ਗੱਲ ਕਰੀਏ ਸਿੱਖ ਰਿਲੀਫ ਦੀ, ਅਸੀਂ ਕੋਸ਼ਿਸ਼ ਕਰਾਂਗੇ ਵੀ ਜਿਹੜੇ ਉਹਨਾਂ ਦਾ ਉਹਨਾਂ ਦਾ ਜਿਹੜੀ ਉਮਰ ਕੈਦ ਹੈਗੀ ਆ ਉਹ ਹੁਣ ਉਹਨੇ ਖਤਮ ਕੀਤੀ ਜਾਵੇ, ਤਾਂ ਕਿ ਉਹ ਪੱਕੇ ਪਰਮਨੈਂਟ ਜਿਹੜੀ ਉਹਨਾਂ ਦੀ ਜਿਹੜੀ ਪ੍ਰੀਮੈਚੋਰ ਰਿਲੀਜ਼ ਹੈਗੀ ਆ, ਇਕੱਲੀ ਪਰੋਲ ਨਹੀਂ, ਪਰੋਲ ਤਾਂ ਫਿਰ ਜਾਣਾ ਪੈਂਦਾ ਵਾਪਸ। ਬਿਲਕੁਲ, ਅਤੇ ਉਹਨਾਂ ਨੂੰ ਪੱਕੇ ਤੌਰ 'ਤੇ ਜਿੱਦਾਂ ਭਾਈ ਵਰਿਆਮ ਸਿੰਘ ਨੂੰ ਉਹਨਾਂ ਦੀ ਪਰੋਲ 3 ਵਾਰੀ ਐਕਸਟੈਂਡ ਹੋ ਗਈ ਸੀਗੀ, ਅਤੇ ਭੁੱਲਰ ਸਾਹਿਬ ਦੀ ਵੀ ਹੋ ਸਕਦੀ ਆ, ਖਹਿਰਾ ਸਾਹਿਬ ਦੀ ਹੋ ਸਕਦੀ ਆ, ਤਾਂ ਅਸੀਂ ਚਾਹਾਂਗੇ, ਅਸੀਂ ਆਪਣਾ ਫਰਜ਼ ਵੀ ਨਿਭਾਵਾਂਗੇ ਕਿ ਪੰਜਾਬ ਸਰਕਾਰ ਅਤੇ ਸੈਂਟਰਲ ਗੌਰਮੈਂਟ ਨੂੰ ਵੀ ਕਹਾਂਗੇ ਵੀ ਇਹਨਾਂ ਨੂੰ ਹੁਣ ਪੱਕੀ ਰਿਹਾਈ ਦਿੱਤੀ ਜਾਵੇ, ਅਸੀਂ ਆਪਣੀ ਜਿਹੜੀ ਪੈਰਵਾਈ ਆ ਉਹ ਕਰਾਂਗੇ। ਮੈਂ ਕਿਹਾ ਹੋਰ ਵੀ ਜਥੇਬੰਦੀਆਂ ਕਰਨਗੇ, ਪੰਥ ਕਰੇਗਾ ਜੀ, ਬਿਲਕੁਲ ਉਹ ਪੰਥ ਦੇ ਦਿਲਾਂ 'ਚ ਵੱਸਦੇ ਨੇ, ਤਾਂ ਸਮੁੱਚਾ ਪੰਥ ਉਹਨਾਂ ਲਈ ਕੋਸ਼ਿਸ਼ ਕਰੇਗਾ, ਮੈਨੂੰ ਪੂਰੀ ਉਮੀਦ ਆ ਜੀ ਇਹਦੀ। ਬਿਲਕੁਲ ਜੀ, ਅਤੇ ਹੁਣ ਵੇਲਾ ਹੋ ਗਿਆ ਇੱਕ ਬ੍ਰੇਕ ਦਾ, ਅਤੇ ਬ੍ਰੇਕ ਤੋਂ ਬਾਅਦ ਆਪਾਂ ਗੱਲਬਾਤ ਕਰਾਂਗੇ ਭਾਈ ਗੁਰਦੀਪ ਸਿੰਘ ਖੇੜਾ ਹੋਣਾ ਬਾਰੇ ਕਿ ਕਿਸ ਤਰ੍ਹਾਂ ਉਹਨਾਂ ਦਾ ਜਿਹੜਾ ਕੇਸ ਹੈ ਸਿੱਖ ਲਈ ਵੱਲੋਂ 2002 ਤੋਂ ਹੀ ਜਿਹੜਾ ਕਿ ਉਦੋਂ ਤੋਂ ਹੀ ਜਿਹੜਾ ਚੱਲਦਾ ਆ ਰਿਹਾ, ਉਦੋਂ ਤੋਂ ਹੀ ਜਿਹੜੀ ਕੇਸ ਦੀ ਪੈਰਵਾਈ ਇਹਨਾਂ ਵੱਲੋਂ ਕੀਤੀ ਜਾ ਰਹੀ ਹੈ, ਭਾਈ ਸਾਹਿਬ ਉਹਨਾਂ ਦੀ ਕਿਸ ਤਰ੍ਹਾਂ ਮੀਟਿੰਗ ਹੋਈ, ਕਿਤੇ ਸਾਨੂੰ ਇਹ ਵੀ ਨਹੀਂ ਪਤਾ ਲੱਗਿਆ ਕਿਸ ਤਰ੍ਹਾਂ ਗੱਲਾਂ ਕਰਦੇ ਹਾਂ, ਜਿਹੜਾ ਸਮਾਂ ਹੈ ਉਹ ਕਾਫੀ ਜ਼ਿਆਦਾ ਜਿਹੜਾ ਨਿਕਲ ਗਿਆ। ਅਤੇ ਹੁਣ ਆਪਾਂ ਗੱਲਬਾਤ ਕਰਨੀ ਹੈ ਭਾਈ ਗੁਰਦੀਪ ਸਿੰਘ ਖੇੜਾ ਹੋਣਾ ਦੀ, ਅਤੇ ਇਹ ਗੱਲਬਾਤ ਕਰਨ ਤੋਂ ਪਹਿਲਾਂ ਆਪਾਂ ਉਹ ਇੱਕ ਦੇਖਦੇ ਹਾਂ ਫੁਟੇਜ ਕਿ ਜਦੋਂ ਭਾਈ ਸਾਹਿਬ ਰਿਲੀਜ਼ ਹੋ ਕੇ ਆਉਂਦੇ ਨੇ ਅਤੇ ਕਿਸ
तरह जी गलबात होंगी है वह देखते हैं आप एक फुटेज वाहेगुरु जी का खालसा वाहेगुरु जी की फतेह। मैं गुरदीप सिंह खैड़ा जो 25 साल 6 महीनों तो लगातार सिख कौम की आन ते सान वास्ते जो संघर्ष चल रहा है उहदे विच सेवा करदिया होया भारत सरकार दी वख वख जेलां विच बंद हाँ, दिल्ली की सेंटर जेल तिहाड़ विच भी रहा, उस तो बाद करनाटक की सेंटर जेल गुलबरगा दे विच सीगा, ते समूह संगतां दे जथेबंदियां दे संयोग नाल मेरा पंजाब की जेल विच जिहड़ा बदली होई। इत्थे आ के हुण मेरा परोल दा चारा किया गया कि मैं छुट्टी ते जा के ते अपने माता पिता की कुछ देख रेख कर सकां, पर पहले छुट्टी जो लाई ही वह फिर साड़ी रिजैक्ट कर दिती गई। उस तो बाद फिर भाई बलबीर सिंह जी बैज जो सिख रिलीफ फंड वाले ने उन्होंने भाई आर पी सिंह जी जो इंडिया के भारत के सिख रिलीफ फंड दे वाले दे मैंबर ने, वो भाई परमिंदर सिंह जी जो सिख रिलीफ फंड वाले दे मैंबर ने, जो कि करनाटक जनरल जेल गुलबरगा जाके भी साड़ियां मुलाकातां करते रहे आ, इन्होंने फिर प्रशासन के नाल गलबात करके जो जिन्हों का गृह मंत्रालय का जो मेन अफसर आ जिन्हों को ये अधिकार होंगे ने उन्होंने गलबात करके तो साड़ी परोल फिर दोबारा चालू कराई जेल प्रशासन के थ्रू सुपरडेंट जेल अमृतसर गुमटाला जेल के थ्रू, तो कागजी कार्रवाई पूरी होने तो बाद फिर इन्हों सारी गलबात करके उन्होंने फिर सवाल किया भी तुम तो जिम्मेवारी चुक दौ, तो इन्हें फिर भाई आर पी सिंह भाई परमिंदर सिंह हुण आख्या हाँ सिख रिलीफ फंड वालों अं जथेबंदी वालों जिम्मेवारी चुकते हैं, तो तुम उन्होंने छुट्टी तो रिलीज जरूर करो। इन्हें फिर जिम्मेवारी चुक के विश्वास दवाया भी भाई गुरदीप सिंह बाहर आके कोई भी यहोजा काम नहीं करेगा जे दिन प्रशासन को कोई परेशानी हो, तो अं बहुत बहुत इन्होंने धन्यवादी हाँ कि इन्हों के राही सू जो 28 दिन की छुट्टी मिली आ। जदों अं करनाटक जेल के वापस सज़ा होकर उधरों करनाटक तो दिल्ली जेल च वापस आए सेंटर जेल तिहाड़ जेल नंबर 3 के उत्थे, फिर सानू पता लगा कि इत्थे कोई इंग्लैंड वाले भाई बलबीर सिंह बैस जी आए ने सिंह, फिर उन्होंने साड़ी मुलाकात हुई। जदों अं उन्होंने मिलन गए फतेह बुलाई गज बज के, फिर बचन बिलास शुरू होए, बचन बिलास करद्या करद्या फिर अं उधर 7 साल उदों करनाटक लगातार ला के आए थे सेंटर जेल गुलबरगा दे विच, तो उधर कोई भी सिंह सिख दे किधर दी गल रही कोई पंजाबी नहीं हिंदी भी पूरी नहीं बोलते लोग उधर, तो होर ही अलग कन्नड़ भाषा जी उन्होंने, तो साढ़े वो थोड़ा थोड़ा जबान च कुछ हिंदी कुछ पंजाबी और कुछ कन्नड़ अं मिक्स करके बोली जा रहे, भाई साहब नूं साढ़े बचन का कुछ पता ना लगे, तो सानू कहिंदे भाई साहब तुसीं पंजाब वाले सिंह हो गए जां उधर हजूर साहब वाले सिंह हो, क्योंकि वह करनाटक तो महाराष्ट्र की स्टेट पै जाती है, करना गुरद्वारा नानकीरा साहब करनाटक पैंदा तो अपना हजूर साहब महाराष्ट्र पैंदा, तो उन्होंने भाषा ताकत और रली मिली, तो मैं नहीं भाई साहब सिंह तो अं पंजाब वाले हाँ पर बाकी जोड़ा उत्थे रहन करके बोली ये भाषा हो गई आ। फिर उन्होंने अं सारिया परेशानियां दसिया भी जेल के मुश्किल जड़िया मुश्किल आईया वो भी दसिया, वो भी दसिया भी किसी जथेबंदी ने साड़ी कोई मदद नहीं की, कोई साढ़े किसी की पैरवाई नहीं हुई, पैरवाई ना होण करके ही अं सानू सज़ा हो गई है। फिर भाई साहब ने जदों रिलीज हो गए आ महीना के बाद सानू मिल के गलबात की और रिलीज हो गए, फिर भाई बलबीर सिंह बैस जी ने बाहर जा के इधरों जदों अपने चल गए वापस विदेश दे विच, फिर उन्होंने साड़ी हेल्प शुरू की, साड़ी नहीं खाली होर भी जिन्ने जेलों बंद सिंह ही गए सब का उन्होंने महीने का खर्चा लाया, जिथे जिथे चाहे कोई नाभा जेल चाहे कोई संगरूर जेल के
फिर जिन्ना सिंह के केस हाली चलते ही साढ़ा तो केस उदो सज़ा हो चुकी दोवे केसा च वकील की कोई जरूरत नहीं सी। भाई बलबीर सिंह सच्चे सुचे चढ़दी कला के सिंह सी ते अहीं उन्हां दा जीवन वेख के उन्हां दे बचनला सुन के उन्हां ते विश्वास किया उन्हां नूं परेशानियां दसियां उन्हां ने फिर साढ़े नाल जो भी वादा किया पूरा किया उधर जाने तो बाद फिर सानूं लगातार मदद करते रहे। सो सतसंग जी मैं बहुत खुश हाँ कि इन्हां ने उपराला किया उपराले सदका अज मैं माता पिता कोल आ के बैठा इन्हां दी सेवा कर पा रहा वा। सो महाराज बहुत बहुत धन्यवाद संगतां दा इन्हां दा भी होर बाकी संगतां जिन्हां जिन्हां भी सानूं इत्थे लिआउण दे विच पंजाब दी जेल दे विच लिआउण दे विच होर छुट्टी विच भी जो जो भी योगदान पाया वा असीं उन्हां दा भी बहुत धन्यवाद करदे। वाहिगुरू जी का खालसा वाहिगुरू जी की फतह। हाँ जी आप हमने हमने फुटेज के देख के आए हैं तो फुटेज बारे हम आप गलबात करते हैं भाई बलबीर सिंह होना। हाँ जी भाई साहब जी भाई गुरदीप सिंह खेड़ा। हाँ जी मैं उन्होंने जी मेरी पहली मुलाकात है 2002 की आ उदो कर्नाटका तो काफ़ी लंबा समा भुगत के आए थे अपना जेल। गुरदीप सिंह खैरे न दो उम्र कैदा हुई दो उम्र कैदा के उन्होंने एक उम्र कैद दिल्ली भुगतनी पी तो एक कर्नाटका भुगतनी पी। ਇਹ ਉਹ ਵਿਅਕਤੀ ਹੈ ਮੈਂ ਛੋਟ 'ਚ ਉਹਨਾਂ ਦੀ ਕਹਾਣੀ ਦੱਸਣ ਲੱਗਾ ਹੈਗਾ ਜ਼ਰੂਰ ਵੀ ਇਹ ਉਹ ਸਿੰਘ ਆ ਸੂਰਮਾ ਜਿਹਨੇ ਪੁਰਾਤਨ ਇਤਿਹਾਸ ਨੂੰ ਦਰਹਾਇਆ ਉਹਨੇ ਆਪਣੀ ਸਿੱਖੀ ਸਿਦਕ ਨਹੀਂ ਹਾਰਿਆ ਇੱਦਾਂ ਕਹਿ ਲਓ ਉਹਨੂੰ ਲਾਲਚ ਵੀ ਦਿੱਤੇ ਗਏ। ਕਰਨਾਟਕਾ ਦੇ ਵਿੱਚ ਉਹਦੀ ਕੋਈ ਵਾਲੀ ਵਾਰਸ ਨਹੀਂ ਸੀ ਨਾ ਪੰਜਾਬੀ ਸੀ ਨਾ ਸਿੱਖ ਤਾਂ ਦੂਰ ਦੀ ਗੱਲ ਪੰਜਾਬੀ ਮਤਲਬ ਬੋਲੀ ਵੀ ਨਹੀਂ ਗਈ ਕਾਫੀ ਬੋਲੀ ਵੀ ਹੈ ਨਹੀਂ ਸੀ ਉਹਦੇ ਬੋਲੀ ਬਦਲ ਗਈ ਸੀ ਉਹ ਆਪ ਦੱਸਦੇ ਨੇ ਹਾਂਜੀ ਲੇਕਿਨ ਉੱਥੇ ਉਹਨਾਂ ਦੀ ਕੋਈ ਪੈਰਵਾਈ ਨਹੀਂ ਸੀ ਉਹਨਾਂ ਦੀ ਕੋਈ ਮੁਲਾਕਾਤ ਨਹੀਂ ਸੀ ਕੋਈ ਰਾਸ਼ਨ ਪਾਣੀ ਨਹੀਂ ਸੀ ਕਦੋਂ ਦੇ ਹੈਗੇ ਅੰਦਰ ਕਦੋਂ ਦੇ ਆਏ ਇਹ ਤਕਰੀਬਨ 1990 ਦੇ ਆ ਜੀ ਠੀਕ ਹਾਂਜੀ 1990 ਦੇ ਆ 90 ਤੋਂ ਲੈ ਕੇ ਲਗਾਤਾਰ 26 ਸਾਲ ਬਣ ਜਾਂਦੇ ਨੇ ਅਤੇ ਉਸ ਨੂੰ ਉਸ ਵੇਲੇ ਉੱਥੇ ਦੇ ਕਰਨਾਟਕਾ ਦੇ ਵਿੱਚ ਇੱਕ ਮੁਸਲਮਾਨ ਗਰੁੱਪ ਨੇ ਵੀ ਲਾਲਚ ਦਿੱਤਾ ਵੀ ਤੁਸੀਂ ਸਿੱਖ ਬਣ ਜਾਓ ਅਸੀਂ ਤੁਹਾਡੀ ਸਾਰੀ ਪੈਰਵਾਈ ਕਰਾਂਗੇ ਮੁਸਲਮਾਨ ਬਣ ਜਾਓ ਤੁਸੀਂ ਕਨਵਰਟ ਹੋ ਜਾਓ ਉਹਨੇ ਬਿਲਕੁਲ ਨਹੀਂ ਹਾਲਾਂਕਿ ਉੱਥੇ ਹੋਰ ਕੁਛ ਜਿਹੜੇ ਗੁਰਸਿੱਖ ਸੀਗੇ ਉਹਨਾਂ ਨੇ ਔਫਰ ਲੈਣ ਦੀ ਕੋਸ਼ਿਸ਼ ਕੀਤੀ ਪਰ ਇਹਨਾਂ ਨੇ ਉਹਨਾਂ ਨੂੰ ਵੀ ਦਬਕਿਆ ਤੰਗ ਹੋ ਗਏ ਤੰਗੀ ਝੱਲ ਲਈ 26 ਸਾਲ ਹਾਂਜੀ ਸਿੱਖੀ ਸਿਦਕ ਨਹੀਂ ਵੇਚਿਆ ਬਿਲਕੁਲ ਨਹੀਂ ਚੁੱਕੇ ਆਪਣੀ ਅੱਜ ਵੀ ਉੱਦਾਂ ਹੀ ਉਹਨਾਂ ਦੀ ਜਿਹੜੀ ਆ ਵਿਚਾਰਧਾਰਾ ਉਹ ਉੱਦਾਂ ਹੀ ਕਾਇਮ ਹੈ ਜੋ ਪਹਿਲਾਂ ਹੀ ਸੀਗੀ ਬੜੇ ਉਹ ਐਨ ਗੱਜਦੇ ਵੱਜਦੇ ਨੇ ਅਤੇ ਉਹਨਾਂ ਨੇ ਜਿਹੜਾ ਸਮਾਂ ਹੰਢਾਇਆ ਇੱਕ ਬਹੁਤ ਦੁੱਖ ਪਰ ਅਸੀਂ ਇਹਨੂੰ ਕੰਟੀਨਿਊ ਰੱਖਾਂਗੇ ਪਰ ਅਸੀਂ ਉਹਨਾਂ ਦਾ ਜਿਹੜਾ ਫਾਈਨ ਸੀ ਉਹਨਾਂ ਦੇ ਜਿਹੜੇ ਉਹਨਾਂ ਦੀ ਪੈਰਵਾਈ ਸੀਗੀ ਉਹ ਕਰਨਾਟਕਾ ਜੇਲ੍ਹ 'ਚ ਵੀ ਜਾ ਕੇ ਕਰਦੇ ਰਹੇ ਇੰਨੇ ਸਾਲ 2002 ਤੋਂ ਲੈ ਕੇ 2016 ਤੱਕ ਕੰਟੀਨਿਊਸ ਸਿੱਖ ਲੀਫ ਨੇ ਉਹਨਾਂ ਲਈ ਕੰਮ ਕੀਤਾ ਉਹਨਾਂ ਦੇ ਪਰਿਵਾਰ ਨੂੰ ਵੀ ਮਤਲਬ ਜਿਹੜੇ ਕੇਸਿਸ ਤੇ ਹੋਰ ਵੀ ਕਈ ਕਿਸੇ ਨੇ ਕੰਮ ਕੀਤਾ ਜਾਂ ਇਕੱਲੀ ਸਿੱਖ ਲੀਫ ਦੀ ਟੀਮ ਉਸ ਵੇਲੇ ਤਾਂ ਕਿਸੇ ਨੇ ਨਹੀਂ ਕੀਤਾ ਜੀ ਹਾਂਜੀ ਹੁਣ ਵੀ ਉਹ ਕਹਿ ਉਹਨਾਂ ਨੂੰ ਉਹਨਾਂ ਦੇ ਦੀਵਾਨੀ ਸੁਣ ਲਓ ਆਪਾਂ ਔਨਲਾਈਨ ਵੀ ਲਵਾਂਗੇ ਅਗਲੇ ਪ੍ਰੋਗਰਾਮਾਂ 'ਚ ਉਹਨਾਂ ਨੂੰ ਬਿਲਕੁਲ ਜ਼ਰੂਰ ਲਵਾਂਗੇ ਜਿੰਨੀ ਪੈਰਵਾਈ ਤਕਰੀਬਨ ਅਸੀਂ ਕਹਿ ਸਕਦੇ ਹਾਂ ਬਿਮਾਰੀ ਕਿਰਪਾਨਾ ਉਹਦਾ ਸੰਗਤਾਂ ਦੇ ਸਹਿਯੋਗ ਦੇ ਨਾਲ ਸਾਰੀ ਪੈਰਵਾਈ ਸਿੱਖ ਲੀਫ ਨੇ ਕੀਤੀ ਆ ਈਵਨ ਹੁਣ ਵੀ ਜਿਹੜੀ ਜ਼ਿੰਮੇਵਾਰੀ ਉਹਨਾਂ ਦੀ ਲਈ ਆ ਪਰੋਲ ਦੀ ਵੀ ਉਹ ਵੀ ਸਿੱਖ ਲੀਫ ਨੇ ਲੈ ਕੇ ਸਹੀ ਗੱਲ ਤੋਂ ਹੀ ਆ ਤਾਂ ਉਹਨਾਂ ਦੀ ਪਰੋਲ ਹੋ ਗਈ ਨਹੀਂ ਤਾਂ ਉਹਨੇ ਰਿਜੈਕਟ ਕਰਤੀ ਗਈ ਸੀ। ਹਾਂਜੀ ਸੁਖਵਿੰਦਰ ਜੀ ਤੁਸੀਂ ਕੀ ਕਹਿਣਾ ਚਾਹੋਗੇ? ਵੈਲਕਮ ਟੂ ਦਾ ਸ਼ੋਅ। ਥੈਂਕ ਯੂ ਭਾਈ ਸਾਹਿਬ ਨੇ ਬਹੁਤ ਜ਼ਰੂਰੀ ਗੱਲ ਕਹੀ ਹੈ ਨਾ ਵੀ 2002 ਤੋਂ ਲੈ ਕੇ ਕਿਸੇ ਨੇ ਗੁਰਦੀਪ ਸਿੰਘ ਦੀ ਸਾਥ ਨਹੀਂ ਦਿੱਤਾ। ਹਾਂ ਜਿਹੜੀ SOPW ਦੀ ਚੈਰਿਟੀ ਸੀ ਇਹ ਗੱਲ ਵੀ ਬਹੁਤ ਜ਼ਰੂਰੀ ਹੈ 2008 ਵਿੱਚ ਰਜਿਸਟਰ ਹੋਈ ਸੀ। ਹਾਂਜੀ ਫਿਰ ਜਿੱਦਾਂ ਉਹਦੀ ਤੁਸੀਂ 6 ਈਅਰਸ ਸੋ ਬਿਟਵੀਨ 2002 to 2008 ਤੇ 6 ਈਅਰਸ ਵੇਅਰ SOPW ਵਾਸ ਬਾਈ ਸਾਹਿਬ ਐਂਡ 10 ਫੈਮਿਲੀਜ਼ ਪੁਟਿੰਗ ਦੇ 10 ਵਨਸ ਟੁਗੇਦਰ ਸੈਂਡਿੰਗ ਮਨੀ ਟੂ ਵੱਖ ਵੱਖ ਪ੍ਰਿਜ਼ਨਰਸ ਇਨ ਪੰਜਾਬ ਸੋ ਸਿੱਖ ਰਿਲੀਫ ਵਾਸ ਐਕਚੁਅਲੀ ਡਿਵੈਲਪਡ ਫਰੋਮ ਅ ਗਰੁੱਪ ਆਫ ਡੈਡੀਕੇਟਿਡ ਇੰਡੀਵਿਜੁਅਲਸ ਐਂਡ ਇੱਕ ਵਾਲੰਟੀਅਰ ਹੋ ਕੇ ਨਾ ਮੈਂ ਵੀ ਬਲਬੀਰ ਸਾਹਿਬ ਦਾ ਬਹੁਤ ਧੰਨਵਾਦ ਕਰਦੀ ਵੀ ਮੈਨੂੰ ਵੀ ਇਸ ਚੈਰਿਟੀ ਵਿੱਚ ਸੇਵਾ ਕਰਨ ਦਾ ਮੌਕਾ ਦਿੱਤਾ ਕਿਉਂਕਿ ਫੋਰ ਮੀ ਐਂਡ ਫੋਰ ਮੈਨੀ ਪੀਪਲ ਮਾਈ ਏਜ ਗੁਰਦੀਪ ਸਿੰਘ ਖਹਿਰਾ ਸਟੋਰੀ ਹੀ ਇਜ਼ ਲਾਈਕ ਅ ਹੀਰੋ ਟੂ ਮੀ ਜੋ ਕੁਛ ਇੰਨੇ ਹੰਢਾਇਆ ਨੇ ਸੀ ਆਪਣੇ ਆਪ ਨੂੰ ਇਸ ਸਿਚੁਏਸ਼ਨ ਵਿੱਚ ਪਾਈਏ ਆਈ ਕੁਡਨਟ ਹੈਂਡਲ 2% ਆਫ ਵਟ ਗੁਰਦੀਪ ਸਿੰਘ ਖਹਿਰਾ ਮਸਟ ਹੈਵ ਇੰਜੂਰਡ ਵੈਨ ਗੋਇੰਗ ਟੂ ਪ੍ਰਿਜ਼ਨ I'm always saying to Pai Sahib now, I want to go to India to meet him now because for me, there's a living itihas here, ek jinda jo itihas sade samne hoya aya. Bilkul. Jo kuch dekhe, and he's got so much knowledge on aan wale samay vich jo unne dekhya, jo sara kuch jailan vich hunda, oh sara itihas isi agge leke aana aya. And it's such a fantastic news. And Satsang ji, asi hamesha is kar kahi hai, bijri SOPW Sikh Relief charity hai.
ਉਹ ਤੁਹਾਡੀ ਚੈਰਿਟੀ ਆ ਜੇ ਅਸੀਂ ਤੇ ਹਰੇਕ ਹਫਤੇ ਬੈਠਦੇ ਆ ਸਤਸੰਗ ਜੀ ਕਿ ਤੁਸੀਂ ਸਾਡਾ ਸਹਿਯੋਗ ਕਰਦੇ ਆ ਹੁਣ ਜੇ ਗੁਰਦੀਪ ਸਿੰਘ ਖਹਿਰੇ ਵਰਗੇ ਹੁਣ ਪ੍ਰਿਜ਼ਨਰਸ ਆਏ ਨੇ ਬਾਰੇ ਤੁਹਾਡੇ ਸਹਿਯੋਗ ਨਾਲ ਤੁਹਾਡੀ ਮਾਇਆ ਨਾਲ ਤੁਹਾਡੀ ਸਪੋਰਟ ਨਾਲ ਹੋਈ ਆ ਸਤਸੰਗ ਜੀ ਤੇ ਸਾਰਿਆਂ ਨਾਲੋਂ ਦ ਬਿਗੇਸਟ ਪੀਪਲ ਹੂ ਨੀਡ ਟੂ ਬੀ ਕੰਗ੍ਰੈਚੁਲੇਟਿਡ ਇਜ਼ ਯੂ ਗਾਇਜ਼ ਥੈਂਕ ਯੂ ਸੋ ਮੱਚ ਫੋਰ ਆਲ ਯੋਰ ਸਪੋਰਟ We are able to sit here with big smiles today. ਸਮਾਂ ਥੋੜਾ ਘਟ ਰਹਿ ਗਿਆ ਤੇ ਅਖੀਰ ਤੇ ਹੁਣ ਭਾਈ ਗੁਰਦੀਪ ਸਿੰਘ ਖੇੜਾ ਹੁਣ ਦੀ ਉੱਥੇ ਤੁਸੀਂ ਕੀ ਦੋ ਗੱਲਾਂ ਕਹਿਣਾ ਚਾਹੁੰਦਾ ਵੀ ਇੱਕ ਤਾਂ ਮੈਂ ਕਹਿਣਾ ਚਾਹੁੰਦਾ ਹੈਗਾ ਵੀ ਉਹ ਇੱਕ ਬਹੁਤ ਅਹਿਮ ਨੁਕਤਾ ਆ ਹਾਂਜੀ ਵੀ ਜੇਕਰ ਗੁਰਦੀਪ ਸਿੰਘ ਖੇੜੇ ਦਾ ਉਹ ਫਾਈਨ ਨਾ ਦਿੱਤਾ ਜਾਂਦਾ ਨਾ ਹਾਂਜੀ ਹਾਂਜੀ ਉਸ ਵੇਲੇ ਦਾ ਦੋ ਜਿਹੜੀ ਉਹਨਾਂ ਨੂੰ ਮੁਰਕਦਾਂ ਸੀਗੀਆਂ ਇੱਕ ਪ੍ਰਿੰਸੀਪਲ ਆ ਇੱਕ ਪ੍ਰੋਸੀਜਰ ਆ ਜਦੋਂ ਵੀ ਉਹਨਾਂ ਦੀ ਉਮਰ ਕੈਦ ਖਤਮ ਹੋਣੀ ਆ ਉਸ ਰੂਪ ਦੇ ਵਿੱਚ ਨਾ ਉਹਨਾਂ ਦਾ ਫਾਈਨ ਦੇਣ ਦੇ ਵਿੱਚ ਉਹਨਾਂ ਨੂੰ 10 ਸਾਲ ਹੋਰ ਕੱਟਣੇ ਪੈਣੇ ਸੀਗੇ ਠੀਕ ਆ ਇਹ ਬਹੁਤ ਘੱਟ ਲੋਕਾਂ ਨੂੰ ਗੱਲ ਦਾ ਪਤਾ ਆ ਜੇ ਫਰਜ਼ ਤੁਹਾਨੂੰ ਅਗਲੇ ਮਹੀਨੇ ਪੱਕੀ ਰਿਹਾਈ ਮਿਲ ਜਾਂਦੀ ਆ 10 ਸਾਲ ਨੂੰ ਹੋਰ ਲਾਉਣੇ ਪੈਣੇ ਸੀ 10 ਸਾਲ ਫੇਰ ਹੋਰ ਲਾਉਣੇ ਪੈਣੇ ਸੀ ਕਿਉਂਕਿ ਫਾਈਨ ਨਹੀਂ ਦਿੱਤਾ ਸੀਗਾ ਤੇ ਉਹ ਫਾਈਨ ਆਪਾਂ ਹੁਣ ਨਹੀਂ ਮਤਲਬ ਦੇ ਨਹੀਂ ਸੀ ਸਕਦੇ ਫਿਰ ਕਿ ਉਹਨਾਂ ਦਾ ਪ੍ਰੋਸੀਜਰ ਉਹ ਪ੍ਰੋਸੀਜਰ ਪਹਿਲਾਂ ਦੇਣਾ ਪੈਂਦਾ ਉਹ ਜਾਣ ਕੇ ਅਸੀਂ ਫਾਈਨ ਪਹਿਲਾਂ ਹੀ ਦੇ ਚੁੱਕੇ ਆ ਉਹ ਆਪ ਕਹਿ ਰਹੇ ਨੇ ਵੀ ਜੇ ਨਾ ਦਿੱਤਾ ਹੁੰਦਾ ਤੇ ਮੈਨੂੰ 10 ਸਾਲ ਹੋਰ ਕੱਟਣੇ ਪੈਣੇ ਸੀ ਇੱਕ ਇਹ ਗੱਲ ਕਿ ਸਮਾਂ ਸਮੇਂ ਦੀ ਘਾਟ ਗੱਲਾਂ ਬਹੁਤ ਨੇ ਗੁਰਦੀਪ ਸਿੰਘ ਕਰੇ ਦੇ ਫੇਕ ਤੇ ਆਪਾਂ ਕਰਾਂਗੇ ਅਗਲੇ ਵਾਲੇ ਐਪੀਸੋਡ ਪਰ ਇੱਕ ਗੱਲ ਮੈਂ ਜ਼ਰੂਰ ਅੱਜ ਖੁਸ਼ੀ ਦੀ ਸ਼ੇਅਰ ਕਰਨਾ ਜਿਹੜਾ ਵੀ ਜਿਹਦੇ ਮੈਂ ਮਾਣ ਵੀ ਕਰਦਾ ਉਹਨਾਂ ਤੇ ਅੱਜ ਗੁਰਦੀਪ ਸਿੰਘ ਖਹਿਰੇ ਨੇ ਗੁਰੂ ਦਾ ਅੰਮ੍ਰਿਤ ਛਕਣਾ ਆ ਅੱਜ ਉਹ ਗਏ ਨੇ ਉੱਥੇ ਅੰਮ੍ਰਿਤਸਰ ਅਤੇ ਉਹਨਾਂ ਨੇ ਅੰਮ੍ਰਿਤ ਛਕਣ ਗਏ ਨੇ ਅੱਜ ਉਹ ਵੀ ਇੱਕ ਬਹੁਤ ਇਤਿਹਾਸਿਕ ਸਾਡੇ ਲਈ ਗੱਲ ਆ ਇੱਕ ਪ੍ਰਿਜ਼ਨਰ ਇੱਕ ਪਰੋਲ ਤੇ ਆ ਕੇ ਸਭ ਤੋਂ ਆਪਣਾ ਵੱਡਾ ਫਰਜ਼ ਕੀ ਸਮਝਦਾ ਆ ਕਿ ਮੈਂ ਗੁਰੂ ਵਾਲਾ ਬਣਾ ਬਿਲਕੁਲ ਸੋ ਅੱਜ ਗੁਰਦੀਪ ਸਿੰਘ ਖਹਿਰਾ ਗੁਰੂ ਵਾਲਾ ਬਣ ਜਾ ਰਹੇ ਨੇ ਅਤੇ ਅਗਲੇ ਹਫ਼ਤੇ ਅਸੀਂ ਅਪਡੇਟ ਦੀ ਦੇਵਾਂਗੇ ਹੋਰ ਵੀ ਉਹਨਾਂ ਦੀਆਂ ਜੀਵਨ ਦੀਆਂ ਜਿਹੜੀਆਂ ਗੱਲਾਂ ਨੇ ਬਹੁਤ ਇਤਿਹਾਸਿਕ ਅਤੇ ਅਹਿਮ ਨੇ ਜਿਹੜੀਆਂ ਹਾਲੇ ਅਸੀਂ ਦੱਸ ਨਹੀਂ ਸਕੇ ਛੋਟੇ ਸਮੇਂ ਸਮੇਂ ਦੀ ਘਾਟ ਹੋਣ ਕਰਕੇ ਲੇਕਿਨ ਆਉਣ ਵਾਲੇ ਸਮੇਂ 'ਚ ਅਸੀਂ ਜ਼ਰੂਰ ਉਹ ਸੰਗਤਾਂ ਦੇ ਨਾਲ ਉਹ ਇਤਿਹਾਸ ਜਿੰਦਾ ਜਾਗਦਾ ਜਿਹੜਾ ਸਾਡੇ ਅੱਖਾਂ ਸਾਹਮਣੇ ਆ ਉਹ ਅਸੀਂ ਸ਼ੇਅਰ ਕਰਾਂਗੇ ਬਿਲਕੁਲ ਜੀ ਅਤੇ ਅਸੀਂ ਧੰਨਵਾਦ ਕਰਦੇ ਹਾਂ ਭਾਈ ਸਾਹਿਬ ਹੋਣਾ ਦਾ ਅਤੇ ਧੰਨਵਾਦ ਕਰਦੇ ਸੁਖਵਿੰਦਰ ਹੋਣਾ ਦਾ ਜਿਨ੍ਹਾਂ ਨੇ ਕਿ ਸਟੂਡੀਓ ਦੇ ਵਿੱਚ ਆ ਕੇ ਸਾਨੂੰ ਜਿਹੜੀਆਂ ਸਾਰੀਆਂ ਗੱਲਾਂ ਬਾਤਾਂ ਸਾਂਝੀਆਂ ਕੀਤੀਆਂ ਪ੍ਰੋਫੈਸਰ ਭੁੱਲਰ ਹੋਣਾ ਬਾਰੇ ਦੱਸਿਆ ਭਾਈ ਗੁਰਦੀਪ ਸਿੰਘ ਖੇੜਾ ਹੋਣਾ ਬਾਰੇ ਦੱਸਿਆ ਅਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਅਤੇ ਅਖੀਰ 'ਤੇ ਅਸੀਂ ਇਹ ਕਹਾਂਗੇ ਕਿ ਤੁਸੀਂ ਸਿਖਰ ਲਈ ਹੁਣ ਜਿਹੜੀ ਸਪੋਰਟ ਹੈ ਤੁਸੀਂ ਵੱਧ ਤੋਂ ਵੱਧ ਕਰੋ ਤਾਂ ਕਿ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਹੋਰ ਵੱਧ ਚੜ੍ਹ ਕੇ ਜਿਹੜਾ ਕੰਮ ਹੈ ਉਹ ਕੌਮ ਲਈ ਜਾਂ ਪੰਥ ਲਈ ਕਰਦੇ ਰਹਿਣ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਗੀਤੇ ਫਤਿਹ ਦੀ ਸਾਂਝ ਪਾਉਂਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬਾਨਾਂ ਦੇ ਦੱਸੇ ਮਾਰਗ ਤੇ ਚੱਲਦਿਆਂ ਸਿੱਖ ਰਿਲੀਫ ਵੱਲੋਂ ਮਨੁੱਖਤਾ ਦੀ ਭਲਾਈ ਲਈ ਹੋਰ ਵੀ ਅਨੇਕਾਂ ਕਾਰਜ ਕੀਤੇ ਜਾ ਰਹੇ ਨੇ ਇਹਨਾਂ ਕਾਰਜਾਂ ਵਿੱਚ ਜੇ ਤੁਸੀਂ ਵੀ ਆਪਣਾ ਕਿਸੇ ਪ੍ਰਕਾਰ ਦਾ ਯੋਗਦਾਨ ਪਾਉਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਦਿੱਤੇ ਅਕਾਊਂਟ ਨੰਬਰ ਤੇ ਆਪਣਾ ਦਸਵੰਧ ਭੇਜ ਸਕਦੇ ਹੋ